आए दिन लगातार जालसाजी दीयां घटनावां सामने आउंदियां रहिंदियां हन, पर इन्हां घटनावां तों सबक ना लैंदे हुए फिर भी पता नहीं क्यों इन्हां जालसाजां दे शिकंजे विच लोक आ ही जांदे हन। इस तरह की घटना मोगा शहर तो सामने आई है। पीड़ित महिला के दसण अनुसार मोगा के ही एक दंदा वाले डॉक्टर नाल उसकी दोस्ती हो जाती है। दोस्ती प्यार विच बदल जाती है, इसका पता ही नहीं चलता। रिश्ता इन्ना वध जाता है कि दोनों एक दूजे नाल रिलेशनशिप विच आ जाते हैं, पर इन्ना कुछ होने के बाद उकत महिला पता चलता है कि जिसका डॉक्टर नाल रिलेशनशिप विच है वह पहला तो व्याया होया है। महिला मुताबक कुछ गल्लांबातां हुंदियां ने जिस तों बाद महिला डॉक्टर कोलों दूरी बनाउण लग जांदी है। उसने जानकारी दिंदिया दस्सिया कि मेरे घरदिआं ने मेरे लिए रिश्ता भी वेख्या। जदों इह गल इस डॉक्टर नूं पता लगी तां इसने मेरा रिश्ता तुड़वा दिता। फिर मैं इस दी शिकायत पुलिस विच कीती, जिस तों बाद इस दे खिलाफ जांच करन तों बाद 376 दा परचा दर्ज हो गया। परचा दर्ज होने तो बाद जब इस नूं जांच विच शामिल करना सी तां इस वल्लों मेरे उपर ही 380B दा परचा दर्ज करवा दिता। महिला दा कहना सी कि इह सब सबूत मिटाउण लई मोबाइल फोन विच सारे सबूत सन, उस नूं मिटाउण वास्ते पुलिस नाल मिली भुगत कर इह सब मेरे खिलाफ कीता गया है। इस मामले संबंधी जानकारी दिंदे हुए DSP सिटी गुरशरणजीत सिंह सिद्धू ने जानकारी दिंदिया दस्सिया कि शिकायत कीती हुई सी अते साडे वल्लों परचा दर्ज कर अगली कार्रवाई अमल विच दित्ती गई है, जिस तों बाद उस डाक्टर दे क्लीनिक उपर जा के कुछ अणपछाते व्यक्तियों वालों कुटमार की गई सी। जाते जाते उकत महिला का नाम लिया गया सी, जिस तों बाद उकत महिला के 380B मामले च ना पाया गया है। पुलिस से मिली भुगत के दोषा बारे पूछा गया तो उन्होंने वालों कहा गया कि यह इस तरह की कोई गल नहीं सामने आई, तो हूँ इस गल की भी जाँच की जाएगी। कानून तो अपना काम करेगा ही, पर लोड़ है तो अपने आप को सावधान रहने की। ਕੀ ਘਟਨਾ ਸਾਰੀ ਸਮਝਾਇਓ ਮਾੜਾ। ਮੈਂ ਇੱਕ ਲੜਕੇ ਦੇ ਪਰਚਾ ਕਰਵਾਇਆ ਸੀ 376-506 ਦਾ ਜੀ। ਕੌਣ ਹੈ ਉਹਨਾਂ ਦਾ ਨਾਮ ਹੈਗਾ ਡਾਕਟਰ ਲਵਜੀਤ ਸਿੰਘ, ਗਿੱਲ ਰੋਡ 'ਤੇ ਰਹਿੰਦੇ ਆ। ਗਿੱਲ ਰੋਡ 'ਤੇ ਛੋਟਾ ਜਿਹਾ ਦੰਦਾਂ ਦਾ ਕਲੀਨਿਕ ਹੈ, ਦੰਦਾਂ ਦਾ ਡਾਕਟਰ ਹੈ ਇਹ। ਮੇਰਾ 6-7 ਸਾਲ ਤੋਂ ਰਿਲੇਸ਼ਨ ਸੀ, ਜਿਸ ਰਿਲੇਸ਼ਨ ਦੇ ਦੌਰਾਨ ਸਟਾਰਟਿੰਗ ਦੇ ਵਿੱਚ ਇਹਨਾਂ ਨੇ ਮੈਨੂੰ ਦੱਸਿਆ ਨਹੀਂ ਸੀ ਮੈਂ ਮੈਰਿਡ ਹਾਂ। ਮੇਰੇ ਨਾਲ ਇਹਨਾਂ ਨੇ ਮੈਰਿਜ ਦੀ ਕਮਿਟਮੈਂਟ ਕੀਤੀ ਸੀ। ਮੇਰੇ ਕੋਲ ਇੱਕ ਬੇਟਾ, ਮੈਂ ਡਿਵੋਰਸੀ ਹਾਂ, ਠੀਕ ਹੈ ਜੀ। ਮੈਰਿਜ ਦੀ ਕਮਿਟਮੈਂਟ ਦੇ ਦੌਰਾਨ ਜਦੋਂ ਮੈਨੂੰ ਬਾਅਦ ਦੇ ਵਿੱਚ ਪਤਾ ਲੱਗਾ ਵੀ ਇਹ ਮੈਰਿਡ ਹੈ, ਉਸ ਦੌਰਾਨ ਮੈਨੂੰ ਬੁਲਾਉਣਾ ਬੰਦ ਕਰਤਾ, ਠੀਕ ਹੈ ਜੀ। ਪਤਾ ਲੱਗਣ 'ਤੇ ਜਦੋਂ ਮੈਂ ਬੁਲਾਉਣਾ ਬੰਦ ਕੀਤਾ ਤਾਂ ਇਹਨੇ ਮੈਨੂੰ ਰਿਕੁਐਸਟ ਵਗੈਰਾ ਕੀਤੀ ਮੇਰੇ ਘਰ ਆ ਕੇ ਮੇਰੇ ਨਾਲ ਗੱਲਬਾਤ ਕਰਕੇ ਮੈਨੂੰ ਯਕੀਨ ਦਿਲਾਇਆ ਵੀ ਮੇਰਾ ਮੇਰੀ ਵਾਈਫ ਨਾਲ ਕੋਈ ਰਿਲੇਸ਼ਨ ਨਹੀਂ ਹੈਗਾ, ਵੀ ਮੈਨੂੰ ਟਾਈਮ ਦੇ, ਮੈਂ ਡਾਈਵੋਰਸ ਲੈਣਾ, ਮੈਂ ਤੇਰੇ ਨਾਲ ਮੈਰਿਜ ਕਰਵਾਉਣਾ ਚਾਹੁੰਦਾ। ਮੈਂ ਇਸ 'ਤੇ ਯਕੀਨ ਨਹੀਂ ਕੀਤਾ। ਫਿਰ ਇਹਨੇ ਫੋਨ 'ਤੇ ਗੱਲ ਕਰਕੇ ਆਪਦੀ ਵਾਈਫ ਨਾਲ ਮੈਨੂੰ ਸ਼ੋਅ ਕਰਵਾਇਆ, ਦਿਖਾਇਆ ਗੱਲ ਕਰਕੇ ਵੀ ਮੈਂ ਉਹਦੇ ਨਾਲ ਰਿਲੇਸ਼ਨ 'ਚ ਨਹੀਂ, ਕਿਉਂਕਿ ਆਲਰੇਡੀ ਉਸ ਟਾਈਮ ਉਹਦੀ ਮੈਰਿਜ ਨੂੰ 3-4 ਸਾਲ ਹੋ ਗਏ ਸੀ, ਇਹਦੇ ਬੱਚਾ ਕੋਈ ਹੈ ਨਹੀਂ ਸੀਗਾ। ਉਹ ਵੀ ਇਹਨੇ ਮੈਨੂੰ ਯਕੀਨ ਦਿਲਾਇਆ ਵੀ ਮੇਰੇ ਬੱਚਾ ਵੀ ਕੋਈ ਹੈ ਨਹੀਂ, ਸਾਡਾ ਕੋਈ ਰਿਲੇਸ਼ਨ ਨਹੀਂ ਹੈਗਾ, ਵੀ ਮੈਨੂੰ ਥੋੜ੍ਹਾ ਟਾਈਮ ਦੇ ਡਾਈਵੋਰਸ ਲਈ, ਕਿਉਂਕਿ ਉਹ ਚੀਜ਼ ਮੈਨੂੰ ਵੀ ਪਤਾ ਵੀ ਡਾਈਵੋਰਸ ਲਈ ਜਦੋਂ ਆਪਾਂ ਕੋਰਟ ਥਰੂ ਚੱਲਦੇ ਹਾਂ ਤਾਂ ਟਾਈਮ ਲੱਗ ਹੀ ਜਾਂਦਾ। ਇਸ ਵੇਟਿੰਗ ਦੇ ਵਿੱਚ ਮੈਂ, ਕਿਉਂਕਿ ਆਲਰੇਡੀ ਉਹਦੇ ਨਾਲ ਰਿਲੇਸ਼ਨ ਸੀਗੀ, ਮੈਨੂੰ ਵੇਟ ਤਾਂ ਕਰਨੀ ਪਈ ਵੀ ਠੀਕ ਹੈ ਡਾਈਵੋਰਸ ਜੇ ਨਹੀਂ ਬਣਦੀ ਹੈਗੀ ਮੈਨੂੰ ਸ਼ੋਅ ਕੀਤਾ। ਉਸ ਦੌਰਾਨ ਫਿਰ ਇਹਨੇ ਮੇਰੇ ਨਾਲ ਦਰਬਾਰ ਸਾਹਿਬ ਜਾ ਕੇ, ਨਾਨਕਸਰ ਜਾ ਕੇ ਸੌਹਾਂ ਵੀ ਖਾਧੀਆਂ ਵੀ ਮੇਰਾ ਵਾਈਫ ਨਾਲ ਕੋਈ ਰਿਲੇਸ਼ਨ ਨਹੀਂ, ਮੈਂ ਤਾਂ ਵਾਕਈ ਮੈਰਿਜ ਕਰਵਾਉਂਗਾ, ਡਾਈਵੋਰਸ ਲਊਂਗਾ। ਮੈਂ ਇਸ ਆਸਰੇ ਕਾਫੀ ਲੌਂਗ ਟਾਈਮ ਮਤਲਬ ਚੱਲਦੀ ਰਹੀ, ਵੇਟ ਕਰਦੀ ਰਹੀ, ਬਟ ਫਿਰ ਮੈਨੂੰ ਵੇਟ ਦੇ ਦੌਰਾਨ ਪਤਾ ਲੱਗਾ ਵੀ ਨਹੀਂ ਕਰਵਾਏਗਾ, ਕੁਛ ਗੱਲਾਂ ਤੋਂ ਜੱਜਮੈਂਟ ਹੋਈ ਵੀ ਨਹੀਂ, ਝੂਠ ਬੋਲ ਰਿਹਾ। ਉਸ ਦੌਰਾਨ ਫਿਰ ਮੈਨੂੰ ਕਹਿ ਤਾ ਮੈਂ ਆਪਣੀ ਮੈਰਿਜ ਕਰਵਾ ਲੈਂਦੀ ਹਾਂ ਜੇ ਤੂੰ ਨਹੀਂ ਕਰਵਾਉਣੀ। ਚਲੋ ਮੈਨੂੰ ਵੀ ਕਰਦੇ ਮਤਲਬ ਪ੍ਰੈਸ਼ਰ ਸੀ ਮੈਰਿਜ ਦਾ, ਮੈਨੂੰ ਇੱਦਾਂ ਹੀ ਮਤਲਬ ਲੜਕੇ ਨਾਲ ਕਿਸੇ ਨਾਲ ਬਾਹਰਲੇ ਨਾਲ ਮਤਲਬ ਮੇਰੀ ਰਿਸ਼ਤੇ ਦੀ ਗੱਲ ਚੱਲੀ। ਉਸ ਟਾਈਮ ਆਪਣੇ ਪੇਰੈਂਟਸ ਦੇ ਘਰ ਗਈ ਹੋਈ ਸੀ ਬੇਟੇ ਨੂੰ ਲੈ ਕੇ, ਤਾਂ ਇਹਦੇ ਕੌਲ ਆਈ, ਮੈਂ ਦੱਸਿਆ ਮੈਂ ਕਿ ਇੱਦਾਂ ਕਰਕੇ ਬਾਹਰ ਲਾ ਕੇ ਲੜਕਾ ਵੀ ਪਸੰਦ ਆਇਆ ਘਰਦਿਆਂ ਨੂੰ, ਮੈਨੂੰ ਵੀ ਠੀਕ ਹੈ ਮੈਂ ਜ਼ਿੰਦਗੀ ਕੱਟ ਲੂੰਗੀ ਉਹਦੇ ਆਸਰੇ, ਵੀ ਦੇਖਦੇ ਹਾਂ ਵੀ ਮੈਰਿਜ ਦਾ ਸਾਡਾ ਫਾਈਨਲ ਹੋ ਰਿਹਾ ਵੀ। ਉਸ ਦਿਨ ਸ਼ੁੱਕਰਵਾਰ ਦਾ ਦਿਨ ਸੀ ਅਤੇ ਐਤਵਾਰ ਨੂੰ ਸ਼ਗਨ ਪੈਣਾ ਸੀਗਾ। ਇਹਨੇ ਮੈਨੂੰ ਪਿਆਰ ਨਾਲ ਰੋ ਧੋ ਕੇ ਆਪਣੇ ਕੋਲ ਬੁਲਾ ਕੇ ਮਤਲਬ ਮੈਨੂੰ ਰੋਕ ਕੇ ਸਾਰਾ ਕੁਛ ਮੈਨੂੰ ਫੋਨ 'ਤੇ ਪੁੱਛ ਕੇ ਵੀ ਕੌਣ ਆਇਆ, ਕਿੱਦਾਂ ਮੈਂ ਤੇਰੀ ਮਦਦ ਕਰੂੰਗਾ, ਤੇਰੇ ਨਾਲ ਖੜੂੰਗਾ, ਇੱਦਾਂ ਕਰਕੇ ਪੁੱਛ ਲਿਆ ਕੌਣ ਹੈ ਜੀ। ਚਲੋ ਮੈਂ ਦੱਸਤਾ। ਉਸ ਦੌਰਾਨ ਇਹਨੇ ਉਸ ਚੀਜ਼ 'ਚ ਵੀ ਭਾਨੀ ਮਾਰੀ ਵੀ ਮੈਂ ਤੇਰਾ ਫੋਨ ਨਹੀਂ ਦੇਣਾ। ਫੋਟੋਜ਼ ਵੀਡੀਓ ਦੇ ਕੋਲ ਮੇਰੀਆਂ ਸਾਡੇ ਦੋਨਾਂ ਨੇ ਇੰਟੀਮੇਟ ਫੋਟੋਜ਼ ਵੀਡੀਓ ਹੈਗੀਆਂ ਸੀ ਜਿਹੜੀਆਂ ਕਿ ਉਹ ਲੀਕ ਕਰਨ ਦੀ ਧਮਕੀ ਦਿੱਤੀ। ਆਈ ਥਿੰਕ ਸੋ ਜੋ ਸਾਨੂੰ ਬਾਅਦ 'ਚੋਂ ਪਤਾ ਲੱਗੀ ਥੋੜ੍ਹੇ ਟਾਈਮ ਬਾਅਦ ਗੱਲ ਵੀ ਇਹਨੇ ਲੀਕ ਵੀ ਕਰਤੀ ਸੀਗੀ, ਤਾਂ ਹੀ ਉਹ ਉਸ ਚੀਜ਼ ਤੋਂ ਭੱਜ ਗਏ ਸੀਗੇ। ਤੁਹਾਡੇ ਕਿੰਨੇ ਕੁ ਰਿਸ਼ਤੇ ਤੋੜੇ ਨੇ? ਇਹਨਾਂ ਨੇ ਮੇਰੇ 2 ਵਾਰ ਜੀ। ਪਹਿਲੇ ਆਹ ਜਿਹੜਾ ਆਹ ਵਾਲਾ ਦੱਸਿਆ ਨਹੀਂ ਆ, ਇਹਨਾਂ ਨੇ ਫਾਈਨਲੀ ਹੋ ਗਿਆ ਸੀ ਸਾਰਾ ਕੁਛ। ਉਸ ਤੋਂ ਬਾਅਦ ਇੱਕ ਵਾਰੀ ਮੈਂ ਦੱਸਿਆ ਸੀ ਵੀ ਗੱਲ ਕਰਦੇ ਪਏ ਰਿਸ਼ਤੇ ਦੀ, ਉਹ ਫਿਰ ਇਹਨੇ ਮੈਨੂੰ ਹੋਣ ਨਹੀਂ ਦਿੱਤਾ, ਕਹਿੰਦਾ ਨਹੀਂ ਮੈਂ ਤੇਰੇ ਨਾਲ ਮੈਰਿਜ ਕਰਵਾਉਂਗਾ।
ਤੇ ਉਸ ਤੋਂ ਬਾਅਦ ਤੁਸੀਂ ਕੀ ਪ੍ਰਕਿਰਿਆ ਅਪਣਾਈ? ਪ੍ਰਕਿਰਿਆ ਕੁਛ ਨਹੀਂ, ਜਦੋਂ ਇਹਨੇ ਮੈਨੂੰ ਕਹਿ ਤਾ, ਮੈਂ ਫਿਰ ਜਦੋਂ ਉਹਨੇ ਰਿਸ਼ਤੇ ਦੇ ਉੱਥੇ ਤੜਾਈ, ਮੇਰੀ ਮਾਤਾ ਮਦਰ ਨੂੰ ਉਹਨੇ ਗਾਲਾਂ ਕੱਢੀਆਂ। ਮੈਂ ਤਾਂ ਸ਼ਹਿਰ ਦੇ ਵਿੱਚ ਹੀ ਰਹਿੰਦੀ ਸੀ ਜੀ, ਇੱਥੇ ਉਹਦੇ ਬੇਟੇ ਨੂੰ ਲੈ ਕੇ ਆਪਣੇ ਘਰ 'ਚ ਰਹਿੰਦੀ ਸੀ। ਚਲੋ ਜੀ, ਮੈਂ ਫਿਰ ਇਸ ਵੇਟ 'ਚ ਬੈਠੀ ਰਹੀ ਵੀ ਕਰਵਾਊਗਾ ਕਰਵਾਊਗਾ। ਕਹਿੰਦੇ ਇਹਨੇ ਕਿਹਾ ਸੀ ਮੈਂ ਤੇਰੇ ਨਾਲ ਕਰਵਾਊਂਗਾ, ਲਾਰਾ ਨਹੀਂ ਲਾਉਂਦਾ। ਫਿਰ ਇਹਨੇ ਉਦੋਂ ਸੌਂਹਾਂ ਖਾਧੀਆਂ ਗੁਰਦੁਆਰੇ ਮੰਦਰ ਜਾ ਕੇ। ਮੈਂ ਬੈਠੀ ਰਹੀ ਜੀ, ਪਰ ਮੈਨੂੰ ਪਤਾ ਸੀ ਵੀ ਨਹੀਂ, ਹੁਣ ਇਹ ਖਰਾਬ ਕਰ ਰਿਹਾ। ਉਸ ਤੋਂ ਬਾਅਦ ਜੀ ਮੈਂ ਨਾ ਮੋਗੇ ਤੋਂ ਆਪਣਾ ਘਰ ਸੇਲ ਕਰਕੇ ਸ਼ਹਿਰ ਹੀ ਸ਼ਿਫਟ ਕਰ ਗਈ। ਡਰ ਦੀ ਮਾਰੀ ਇਹਨੇ ਨਹੀਂ ਮੈਨੂੰ ਖਰਾਬ ਕਰ ਰਿਹਾ, ਪਰੇਸ਼ਾਨ ਕਰ ਰਿਹਾ। ਸ਼ਹਿਰ ਸ਼ਿਫਟ ਕਰਨ ਤੋਂ ਬਾਅਦ ਜੀ ਇਹਦੇ ਕੋਲ ਮੇਰੇ ਸਾਰੇ ਘਰਦਿਆਂ ਦੇ ਨੰਬਰ ਸੀਗੇ। ਉਸ ਨੰਬਰ 'ਤੇ ਇਹਨੇ ਮੈਨੂੰ ਕਾਲ ਕਰਕੇ ਮੇਰੇ ਨਾਲ ਕੰਟੈਕਟ ਕੀਤਾ। ਫਿਰ ਕਿਹਾ ਵੀ ਮੈਨੂੰ ਮੌਕਾ ਦੇ, ਇੱਕ ਮੌਕਾ ਹੋਰ ਦੇ ਮੈਨੂੰ, ਹੈ ਨਾ। ਮੈਂ ਤਾਂ ਬੈਠੀ ਸੀ ਦੂਰ ਜੀ, ਮੈਨੂੰ ਮੌਕੇ ਨੂੰ ਕੀ ਸੀ, ਮੈਨੂੰ ਫੋਨ ਕਰਦਾ ਸੀਗਾ, ਮੈਂ ਸੁਣ ਲੈਂਦੀ ਸੀ ਮੌਕੇ 'ਚ। ਮੈਂ ਕਿਹਾ ਕੋਈ ਨਹੀਂ, ਜਦੋਂ ਡਾਈਵੋਰਸ ਲਏਗਾ ਕਰਵਾ ਲਈ ਮੈਰਿਜ। ਮੈਂ ਬੈਠੀ ਰਹੀ ਆਪਦੇ ਘਰ ਜੀ। ਉਸ ਦੌਰਾਨ ਫਿਰ ਇਹ ਮੈਨੂੰ ਇੱਕ ਦਿਨ ਇਹਨੇ ਮੇਰੇ ਕਾਲ ਕਰਕੇ ਮੇਰੇ ਬੇਟੇ ਨੂੰ ਗਾਲਾਂ ਕੱਢੀਆਂ, ਮੈਨੂੰ ਗਾਲਾਂ ਕਿਸੇ ਗੱਲ ਤੋਂ, ਮੈਨੂੰ ਯਾਦ ਪਤਾ ਨਹੀਂ, ਸ਼ਾਇਦ ਐਂ ਕਿਹਾ ਸੀ ਵੀ ਇੱਥੋਂ, ਹਾਂ ਮੈਨੂੰ ਯਾਦ ਆਇਆ ਵੀ ਇੱਥੋਂ ਤੋਂ ਮੂਵ ਹੋ, ਪੇਰੈਂਟਸ ਵਿੱਚ ਰਹਿ ਰਹੀ ਹਾਂ, ਇੱਥੋਂ ਮੂਵ ਹੋ ਕੇ ਅਲੱਗ ਰਹਿ, ਠੀਕ ਹੈ ਨਾ, ਵੀ ਉੱਥੇ ਮੈਂ ਤਾਂ ਨਾ ਕੋਈ ਨਹੀਂ ਮੈਰਿਜ ਕਰਵਾਊਂਗਾ, ਮੇਰੀ ਵੀ ਬੋਲਾ ਬੁਲਾਈ ਹੋ ਗਈ, ਮੈਂ ਆਪਦੇ ਘਰੋਂ ਹੁਣ ਇੱਥੋਂ ਕਿੱਥੇ ਜਾਵਾਂ। ਚਲੋ ਜੀ, ਉਸ ਦੌਰਾਨ ਫਿਰ ਮੈਂ ਪੁਲਿਸ ਦੇ ਵਿੱਚ ਕੰਪਲੇਂਟ ਕੀਤੀ, DSP ਭੁੱਲਰ ਨੂੰ ਮਾਰਕ ਹੋਈ ਇਹ ਕੰਪਲੇਂਟ। ਕੰਪਲੇਂਟ ਦੇ ਦੌਰਾਨ ਮੇਰੇ DSP ਭੁੱਲਰ ਜਦੋਂ ਮਾਰਕ ਹੋਈ, ਮੈਂ ਜਦੋਂ ਜਾਣਾ ਸੀ ਉੱਥੇ, ਮੈਂ ਦੇਖ ਲਿਆ ਸੀ ਇਹ ਡਾਕਟਰ ਦਾ, ਡਾਕਟਰ ਲਵਜੀਤ ਸਿੰਘ ਦਾ ਦੋਸਤ ਬੈਠਾ ਸੀ ਸੁਮਿਤ ਅਰੋੜਾ, ਮੈਂ ਦੇਖ ਲਿਆ ਸੀਗਾ ਜੀ ਸੁਮਿਤ ਅਰੋੜਾ ਬੈਠਾ। ਉਸ ਉਹਦੇ ਬੈਠ ਦੇ ਦੌਰਾਨ ਮੈਨੂੰ ਪਤਾ ਲੱਗ ਗਿਆ ਸੀ, ਕਿਉਂਕਿ ਫਿਰ ਉਹਨਾਂ ਨੇ ਸੁਮਿਤ ਅਰੋੜੇ ਨੇ ਪ੍ਰੈਸ਼ਰ ਵੀ ਪਾਉਣਾ ਸ਼ੁਰੂ ਕਰਤਾ ਸੀਗਾ ਵੀ ਤੁਸੀਂ ਰਾਜ਼ੀਨਾਮਾ ਕਰ ਲਓ, ਇਸ ਕੁਛ ਚੀਜ਼ 'ਚ ਕੁਛ ਨਹੀਂ ਪਿਆ। ਮੈਂ ਉੱਥੋਂ ਇਨਕੁਆਇਰੀ ਚੇਂਜ ਕਰਵਾਤੀ ਆਪਣੀ, ਚੇਂਜ ਕਰਵਾ ਕੇ SSP ਸਰ ਕੋਲ ਇਨਕੁਆਇਰੀ ਚੇਂਜ ਕਰਵਾ ਕੇ SPH ਨੂੰ ਮਾਰਕ ਹੋ ਗਈ ਸੀ ਜੀ। SPH ਨੂੰ ਜਦੋਂ ਮਾਰਕ ਹੋਈ, SPH ਸਰ ਨੇ ਮੇਰੇ ਸਾਰੇ ਵੀਡੀਓਜ਼, ਫੋਟੋ, ਸਾਰਾ ਰਿਕਾਰਡਿੰਗਸ ਵਗੈਰਾ ਦੇਖ ਕੇ ਇਸ 'ਤੇ ਡਾਕਟਰ ਲਵਜੀਤ ਸਿੰਘ 'ਤੇ 376506 ਦਾ ਪਰਚਾ ਕੀਤਾ। ਉਸ ਪਰਚੇ ਦੇ ਦੌਰਾਨ ਇਹ ਘਰੋਂ ਭੱਜ ਗਿਆ, ਉਹਦੀ ਵਾਈਫ ਨੂੰ ਲੈ ਕੇ ਚਲਾ ਗਿਆ। ਪੁਲਿਸ ਨੇ ਲੱਭਣ ਦੀ ਕੋਸ਼ਿਸ਼ ਕੀਤੀ। ਉਸ ਦੌਰਾਨ ਜੀ ਇਹਨੇ ਨੀਚੇ ਆਪਣੀ ਜ਼ਮਾਨਤ ਲਗਾਈ, ਜਿਹਦੇ ਵਿੱਚ ਪਹਿਲੀ ਵਾਰੀ ਇਹਦੀ ਜ਼ਮਾਨਤ ਸਿਰਫ ਇੰਟਰਮ ਵੇਲ ਹੋ ਗਈ ਸੀ। ਇੰਟਰਮ ਵੇਲ ਤੋਂ ਬਾਅਦ ਇਹਨੇ ਇਨਵੈਸਟੀਗੇਸ਼ਨ ਦੇ ਵਿੱਚ ਇਹਨੇ ਨਹੀਂ ਕੋਆਪਰੇਟ ਕੀਤਾ, ਮੇਰਾ ਫੋਨ ਵਗੈਰਾ ਜੋ ਵੀ ਸੀ ਜਮ੍ਹਾਂ ਨਹੀਂ ਕਰਵਾਇਆ, ਜੋ ਬਲੈਕਮੇਲਿੰਗ ਚੱਲ ਰਹੀ ਸੀ ਉਹ ਚੀਜ਼ ਇਹਨੇ ਨਹੀਂ ਜਮ੍ਹਾਂ ਕਰਵਾਈ। ਚਲੋ ਜਿਹੜੀ ਨੀਚੇ ਨੈਕਸਟ ਡੇ 'ਤੇ ਜ਼ਮਾਨਤ ਡਿਸਮਿਸ ਹੋ ਗਈ ਸੀ। ਡਿਸਮਿਸ ਹੋਣ ਤੋਂ ਬਾਅਦ ਇਹ ਹਾਈ ਕੋਰਟ ਚਲਾ ਗਿਆ ਸੀ। ਹਾਈ ਕੋਰਟ ਦੇ ਵਿੱਚ ਜਿਹੜੀ ਜ਼ਮਾਨਤ ਹੈ ਓਨਲੀ ਸਿਰਫ ਅਰੈਸਟ ਸਟੇ ਹੋ ਕੇ ਨੈਕਸਟ ਡੇਟ ਪਈ ਸੀ। ਨੈਕਸਟ ਡੇ 'ਤੇ SI ਜਸਵੀਰ ਕੌਰ ਨੇ ਇਸ ਕੇਸ ਨੂੰ ਰਫਾ ਦਫਾ ਕਰਨ ਲਈ ਚਲਾਨ ਹੀ ਪੇਸ਼ ਕਰਤਾ। ਠੀਕ ਹੈ ਜੀ, ਚਲਾਨ ਪੇਸ਼ ਕਰਨ 'ਤੇ ਜੱਜ ਸਾਹਿਬ ਨੇ ਕਿਹਾ ਵੀ ਮੈਂ ਹਜੇ ਇਨਵੈਸਟੀਗੇਸ਼ਨ ਜੁਆਇਨ ਕਰਨ ਨੂੰ ਨਹੀਂ ਕਿਹਾ, ਤੁਸੀਂ ਕਹਿ ਤਾ ਵੀ ਸਾਡੇ ਵੱਲੋਂ ਸਾਰਾ ਕੁਛ ਪੂਰਾ ਸੀ, ਚਲਾਨ ਪੇਸ਼ ਕਰਤਾ। ਕਹਿੰਦੇ ਮੈਂ ਤਾਂ ਹਾਲੇ ਸਿਰਫ ਅਰੈਸਟ ਸਟੇ ਕੀਤੀ ਹੈ। ਜੱਜ ਸਾਹਿਬ ਨੇ ਵੀ ਕਾਫੀ ਉਹ ਮੈਡਮ ਨੂੰ ਕਿਹਾ ਵੀ ਸ਼ਾਇਦ ਤੁਹਾਨੂੰ ਤੁਸੀਂ ਪੜ੍ਹੇ ਲਿਖੇ ਜ਼ਿਆਦਾ, ਤੁਹਾਨੂੰ ਨੌਲੇਜ ਜ਼ਿਆਦਾ ਹੈ। ਚਲੋ ਜੀ, ਉਸ ਦੌਰਾਨ ਫਿਰ ਇੱਕ ਦੋ ਡੇਟਸ ਪਈਆਂ। ਡੇਟਸ ਦੇ ਦੌਰਾਨ ਵਕੀਲ ਪੇਸ਼ ਨਹੀਂ ਹੋ ਸਕੇ, ਕਿਉਂਕਿ ਹਾਈ ਕੋਰਟ ਦੀ ਇੱਕ ਪ੍ਰੋਬਲਮ ਚੱਲਦੀ ਸੀ ਜਿਸ 'ਚ ਵਕੀਲ ਅੰਦਰ ਨਹੀਂ ਜਾ ਸਕਦੇ ਸੀਗੇ। ਉਸ ਦੌਰਾਨ ਜੀ ਫਿਰ ਹਾਈ ਕੋਰਟ ਦੇ ਵਿੱਚ ਲਾਸਟ ਆਰਡਰ ਹੋਏ ਨੇ 24 ਨਵੰਬਰ ਨੂੰ ਸੁਬਹਾ ਆਰਡਰ ਹੋਏ ਨੇ ਵੀ ਇਹ ਡਾਕਟਰ ਲਵਜੀਤ ਸਿੰਘ ਇਨਵੈਸਟੀਗੇਸ਼ਨ ਦੁਬਾਰਾ ਜੁਆਇਨ ਕਰੇਗਾ, ਆਊਟ ਆਫ ਕੰਟਰੀ ਨਹੀਂ ਜਾਏਗਾ, ਲੜਕੀ ਨੂੰ ਕਿਸੇ ਤਰ੍ਹਾਂ ਦਾ ਥਰੈਟ ਨਹੀਂ ਕਰੇਗਾ। ਇਨਵੈਸਟੀਗੇਸ਼ਨ ਜੁਆਇਨ ਦੇ ਜਦੋਂ ਆਰਡਰ ਆਉਂਦੇ ਆ, ਇਹ ਸ਼ਾਮ ਨੂੰ ਮੇਰੇ 'ਤੇ ਇੱਕ ਪਰਚਾ ਕਰਵਾ ਦਿੰਦਾ, 320 ਵਿੱਚ ਮੇਰਾ ਨਾਮ ਲੈ ਦਿੰਦਾ। ਉਹਦੇ ਵਿੱਚ ਪਰਚੇ 'ਚ ਲਿਖਿਆ ਗਿਆ ਵੀ 3-4 ਬੰਦੇ ਆਏ ਸੀ, ਇਹ 2-4 ਚਪੇੜਾਂ ਲਾ ਗਏ ਨੇ। ਉਸ ਦੌਰਾਨ ਇਹਦੀ ਇੱਕ ਗੋਲਡ ਦੀ ਚੇਨ ਅਤੇ ਮੋਬਾਈਲ ਤੋੜ ਗਏ ਨੇ। ਅੱਛਾ, ਪੁੱਠਾ ਤੁਹਾਡੇ 'ਤੇ ਪਰਚਾ ਕਰਾਤਾ? ਹਾਂਜੀ, ਕਿਉਂਕਿ ਹੁਣ ਇਨਕੁਆਇਰੀ ਹੋਣੀ ਸੀ, ਇਨਕੁਆਇਰੀ 'ਚ ਮੈਨੂੰ ਪਤਾ ਸੀ ਵੀ ਉਹਨੇ ਫੋਨ ਜਮ੍ਹਾਂ ਨਹੀਂ ਕਰਵਾਇਆ, ਉਹ ਫੋਨ ਦਾ ਹੀ ਇਹਨੇ ਸਪੈਸ਼ਲੀ ਉਹਦੇ ਵਿੱਚ ਜ਼ਿਕਰ ਕੀਤਾ ਵੀ ਮੇਰਾ ਫੋਨ ਤੋੜ ਗਿਆ ਜੀ। ਫੋਨ ਨੂੰ ਖਰਾਬ ਕਰਨ ਲਈ, ਫੋਨ ਨੂੰ ਡਿਸਮਿਸ, ਫੋਨ ਨੂੰ ਮਤਲਬ ਕਹਿ ਦਿਓ ਲੁਕਾਉਣ ਲਈ ਉਸ ਚੀਜ਼ ਨੂੰ, ਕਿਉਂਕਿ ਇਨਕੁਆਇਰੀ ਦੁਬਾਰਾ ਆ ਗਈ ਸੀ। ਉਸ 120 ਦੇ ਵਿੱਚ ਇਹਨਾਂ ਨੇ ਮੇਰੇ 'ਤੇ ਪਰਚਾ ਕਰਵਾਇਆ, ਜਿਸ ਦੌਰਾਨ ਕਿ ਮੇਰੀ ਉਹਦੇ 'ਚ ਜ਼ਮਾਨਤ ਹੋ ਗਈ ਹੈ। ਅਤੇ ਉਹ ਨੈਕਸਟ ਹੁਣ ਇਹ ਹੈ ਵੀ ਮੈਂ ਆਪਣੀ ਕੋਈ ਕਾਰਵਾਈ ਅੱਗੇ ਕਰਨਾ ਚਾਹੁੰਦੀ ਹਾਂ, ਜਿਹਦੇ ਵਿੱਚ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ। SI ਜਸਵੀਰ ਕੌਰ ਅਤੇ ਡਾਕਟਰ ਸੋਰੀ SHO ਲਛਮਣ ਦੇ ਖਿਲਾਫ ਮੈਂ ਆਲਰੇਡੀ ਪਹਿਲਾਂ ਹੀ ਇੱਕ ਐਪਲੀਕੇਸ਼ਨ ਦਿੱਤੀ ਹੋਈ ਹੈ, ਜਿਨ੍ਹਾਂ ਦੀ ਮਤਲਬ ਜਿਹਦੇ ਵਿੱਚ ਇਹ ਮੈਨੂੰ ਮਿਸਯੂਜ਼ ਕਰ ਰਹੇ ਨੇ, ਮੈਨੂੰ ਖਰਾਬ ਕਰ ਰਹੇ ਨੇ, ਡਾਕਟਰ ਦੇ ਨਾਲ ਨੇ ਪੈਸੇ ਲੈ ਕੇ ਕੰਮ ਕਰ ਰਹੇ ਨੇ, ਸਭ ਨੂੰ ਪਤਾ। ਉੱਥੇ ਹੁਣ ਮੇਰੇ ਇਸ ਜ਼ਮਾਨਤ ਦੇ ਦੌਰਾਨ ਮੇਰੀ ਮੈਂ ਇਨਵੈਸਟੀਗੇਸ਼ਨ ਜੁਆਇਨ ਕਰਨੀ ਹੈ, ਜਿਹਦੇ ਵਿੱਚ ਕਿ ਮੈਨੂੰ ਬਿਲਕੁਲ ਉਮੀਦ ਨਹੀਂ ਵੀ ਉੱਥੇ 376 ਹੋਈ ਸੀ, ਉੱਥੇ ਇਹਨਾਂ ਨੇ ਮੇਰੇ 'ਤੇ 120 'ਤੇ ਧਾਰਾ ਲਗਾਤੀ ਹੈ। ਉੱਥੇ ਮੈਂ ਉਹਨਾਂ ਦੇ ਖਿਲਾਫ ਹੀ ਐਪਲੀਕੇਸ਼ਨ ਦਿੱਤੀ ਸੀ, ਮੇਰੇ ਨਾਲ ਧੱਕਾ ਹੋ ਰਿਹਾ, ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ। ਅਤੇ ਮੈਨੂੰ ਇਸ ਚੀਜ਼ ਦੀ ਵੀ ਹੁਣ ਪਤਾ ਹੈਗਾ ਮੇਰੀ ਹੁਣ ਵੀ ਕੋਈ ਸੁਣਵਾਈ ਉੱਥੇ ਨਹੀਂ ਹੋਣੀ, ਕਿਉਂਕਿ ਉੱਥੇ ਸਾਰਾ ਕੁਝ ਹੋ ਰਿਹਾ, ਉਹੀ SHO ਲਛਮਣ ਸਿੰਘ, ਉਹੀ SI ਜਸਵੀਰ ਕੌਰ, ਉਹੀ ਇਨਵੈਸਟੀਗੇਸ਼ਨ ਔਫਿਸਰ, ਇਹਨੇ ਹੁਣ ਵੀ ਕੋਈ ਇਨਵੈਸਟੀਗੇਸ਼ਨ ਨਹੀਂ ਕਰਨੀ, ਕਿਉਂਕਿ ਉਹ ਆਲਰੇਡੀ ਪਹਿਲਾਂ ਹੀ ਵਿਕ ਚੁੱਕੇ ਨੇ। ਠੀਕ ਹੈ ਜੀ, ਇਸ ਕਰਕੇ ਮੈਂ ਬੇਨਤੀ ਕਰਦੀ ਹਾਂ ਭਗਵੰਤ ਮਾਨ
सर एंड ते महिमा महिला कमीशन मेरी सुनवाई की जाए। मैंने पुलिस वालों किसी तरह की कोई उम्मीद नहीं, पुलिस मेरी सुनवाई करेगी। शहर छोटा है, डॉक्टर नाम के पेशे का है, पैसे हैगा, पैसे सुट रहे। मैं एक सिंगल लेडी हाँ, मेरे को एक बेटा है, मैं पैसे कितने नहीं दे सकती। मैं सच्ची हाँ, जो मैं इस चीज़ की उम्मीद रखनी, मैं उम्मीद इंसाफ मिले, बट पुलिस तो मैं किसी तरह की कोई उम्मीद नहीं हैगी। नहीं, हजे मैं कोई पहुँच नहीं की जी। मैं हूँ इस चीज़ में SSP साहब न एप्लीकेशन का हम दे, मैं सुबह एप्लीकेशन देनी है जी इस चीज़ बारे। सर, एक मोगा की रहने वाली लड़की है जिसके वालों डॉक्टर के उपर गिल रोड से डॉक्टर रहते हैं, उन्होंने उपर आरोप लगाए गए कि उन्होंने वालों 7 साल उन्होंने बलात्कार किया गया, तो वालों कि धाराओं के तहत मामला दर्ज किया गया जी, की है मामला पूरा? ये जी मलिका सिंह पुत्री काका सिंह वासी अमृतसर रोड की रहने वाली है जी। इन्हें लवजीत सिंह डॉक्टर है, दंदा डॉक्टर, वो पर 14/7/22 376 का परचा दर्ज करवाया। सर, उस तो बाद होर कि धाराओं के तहत मामला दर्ज है जी? ये 376 जी है जी। सर, लड़की वालों भी आरोप लगाए गए हैं कि जी पुलिस अधिकारी है जेडे वो डॉक्टर का साथ दे रहे हैं, तो उन्होंने वालों वो उपर परचा करवाया गया वो जी। ये डॉक्टर दे दुकान जी, यदि क्लीनिक है ये 25/11/22 कुछ नाम बलूम व्यक्ति जेडे ये भन तोड़ करके गए थे, तो मोबाइल तोड़ के गए थे, तो यदि सोने की चैनी नाल लैके खो के लैके गए थे। नाम बलूम व्यक्तियों के उत्ते परचा दर्ज किया गया, जिद उस तो बाद जो इन्वेस्टिगेशन जो सामने आया कि वो वजह रंजिश ये कि जिहड़ी औरत डॉक्टर दे कोल इलाज करवाउण आई सी उन्हें कुछ बंदे बुलाए थे जिहड़े भन तोड़ करके गए, वो औरत जाते हुए ये कह के गई सी कि उसका जो केस मलिका सिंह दे नाल चल रहा है तैनूं उसदे विच सवाद चुकावा, उसदे लई सवाद चुकाया, तो ये इस करके फिर इस मलिका सिंह नूं इहदे च 6/12/22 इहदे च नामजद किया गया। ਫਰਦਰ ਹੁਣ ਪੁਲਿਸ ਵੱਲੋਂ ਕੀ ਕਰ ਰਹੀ? ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ। ਅਤੇ ਕੀ ਕੁੜੀ ਨੇ ਦੇ ਨਾਲ ਰੇਪ ਹੋਇਆ, ਹੋਇਆ ਕੁਛ ਸਾਬਤ ਜਾਂ ਨਹੀਂ? ਨਹੀਂ, ਉਹ ਤਾਂ ਚਲਾਨ ਵੀ ਪੇਸ਼ ਹੋ ਗਿਆ ਜੀ 16/8/22 ਨੂੰ ਉਸ ਮੁਕਦਮੇ ਦਾ। ਸਰ, ਹੁਣ ਉਹਦੇ ਵੱਲੋਂ ਕਿਹਾ ਜਾ ਰਿਹਾ ਕਿ ਉਹਨੂੰ ਜਾਣ ਕੇ ਫਸਾਇਆ ਜਾ ਰਿਹਾ, ਸਰ ਤੁਹਾਡੇ ਵੱਲੋਂ ਕੋਈ ਇਨਵੈਸਟੀਗੇਸ਼ਨ ਵਗੈਰਾ? ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ, ਇੱਦਾਂ ਦੀ ਤਾਂ ਕੋਈ ਗੱਲ ਸਾਹਮਣੇ ਨਹੀਂ ਆਈ ਅਜੇ, ਜੋ ਵੀ ਜੇ ਕੋਈ ਹੋਏਗੀ ਤਾਂ ਉਹਦੀ ਕਾਰਵਾਈ ਹੋ ਜਾਏਗੀ।